ਪੰਜਾਬ ਦੇ ਇਸ ਇਲਾਕੇ ਦੇ ਵਿੱਚ ਤੇਂਦੂਏ ਨੇ ਦਹਿਸ਼ਤ ਮਚਾ ਰੱਖੀ ਹੈ ਤੇ ਤੇਂਦੂਆ ਹੁਣ ਤਸਵੀਰਾਂ ਦੇ ਵਿੱਚ ਵੀ ਕੈਦ ਹੋਇਆ। ਜੀ ਹਾਂ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਦਰਖਤ ਤੋਂ ਤੇਂਦੂਆ ਉਤਰ ਰਿਹਾ ਤੇ ਇਸ ਦੇ ਪੈਰਾਂ ਦੇ ਨਿਸ਼ਾਨ ਖੇਤਾਂ ਦੇ ਵਿੱਚ ਵੀ ਦੇਖੇ ਗਏ ਨੇ, ਜਿਸ ਤੋਂ ਸਾਫ਼ ਹੁਣ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਤੇਂਦੂਏ ਨੇ ਦਹਿਸ਼ਤ ਮਚਾ ਰੱਖੀ ਹੈ। ਲੋਕਾਂ ਦਾ ਰਾਤ ਨੂੰ ਘਰੋਂ ਨਿਕਲਣਾ ਜਿੱਥੇ ਬੰਦ ਹੋ ਗਿਆ ਉੱਥੇ ਹੀ ਲੋਕ ਦਿਨ ਦੇ ਵਿੱਚ ਵੀ ਡਰ ਦੇ ਸਾਏ ਹੇਠ ਘਰ ਤੋਂ ਬਾਹਰ ਨਿਕਲ ਰਹੇ ਨੇ। ਤਾਂ ਦੱਸ ਦਈਏ ਕਿ ਸ਼੍ਰੀ ਮੁਕਤਸਰ ਸਾਹਿਬ ਅਤੇ ਬਠਿੰਡਾ ਦੇ ਸਰਹੱਦੀ ਪਿੰਡਾਂ ਦੇ ਵਿੱਚ ਤੇਂਦੂਏ ਨੂੰ ਦੇਖਿਆ ਗਿਆ। ਫਿਲਹਾਲ ਵਨ ਵਿਭਾਗ ਦੀ ਟੀਮ ਨੂੰ ਵੀ ਸੂਚਿਤ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਹੁਣ ਇਸ ਨੂੰ ਰੈਸਕਿਊ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ। ਤਾਂ ਦੱਸ ਦਈਏ ਕਿ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਤੇਂਦੂਏ ਨੇ ਦਹਿਸ਼ਤ ਮਚਾ ਰੱਖੀ ਹੈ। ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਤੇਂਦੂਆ ਦਰਖਤ ਤੋਂ ਉਤਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ। ਦੇਰ ਰਾਤ ਸਾਨੂੰ ਫੋਰੈਸਟ ਡਿਪਾਰਟਮੈਂਟ ਵੱਲੋਂ ਇੱਕ ਸੂਚਨਾ ਮਿਲੀ ਸੀ ਕਿ ਪਿੰਡ ਗੰਗਾ ਕੋਠੇ ਕੋਟ ਸਿੰਘ ਜ਼ਿਲ੍ਹਾ ਬਠਿੰਡਾ ਇਹਦੇ ਨਾਲ ਚੰਦਭਾਨ ਡਰੇਨ ਟੱਪਦੀ ਹੈ ਵੀ ਇੱਥੇ ਜਿਹੜਾ ਉਹ ਤੇਂਦੂਆ ਹੋਣ ਦਾ ਸ਼ੱਕ ਹੈ, ਕਿਉਂਕਿ ਉੱਥੇ ਤੇਂਦੂਏ ਦੀਆਂ ਪੈੜਾਂ ਵੀ ਉਹਨਾਂ ਨੇ ਦੇਖੀਆਂ ਅਤੇ ਕੁਛ ਕੁੱਤੇ ਵੀ ਮਾਰੇ ਹੋਏ ਸਨ ਜੋ ਤੇਂਦੂਏ ਵੱਲੋਂ ਉਹ ਮਾਰੇ ਗਏ ਆ। ਤਾਂ ਅਸੀਂ ਸਾਰੇ ਪਿੰਡਾਂ ਦੇ ਵਿੱਚ ਅਨਾਊਂਸਮੈਂਟਾਂ ਕਰਵਾਈਆਂ ਤਾਂ ਕਿ ਇਹ ਚੰਦਭਾਨ ਡਰੇਨ ਬੜੀ ਲੰਮੀ ਹੈ ਅਤੇ ਇਹਦੇ ਕਿਤੇ ਵੀ ਇਹ ਅੱਗੇ ਪਿੱਛੇ ਇਹ ਜਾ ਕੇ ਕੋਈ ਨੁਕਸਾਨ ਨਾ ਕਰ ਸਕੇ, ਤਾਂ ਸਾਰੇ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ। ਹੁਣ ਸੁਬਾਹ ਅਸੀਂ ਫਿਰ ਡਿਪਾਰਟਮੈਂਟ ਨਾਲ ਸੰਪਰਕ ਕੀਤਾ ਸੀ ਤਾਂ ਰੈਸਕਿਊ ਟੀਮਾਂ ਜਿਹੜੀਆਂ ਉਸ ਥਾਂ 'ਤੇ ਪਹੁੰਚ ਰਹੀਆਂ। ਦੱਸਿਆ ਜਾ ਰਿਹਾ ਕਿ ਇੱਥੇ ਇੱਕ ਪਰਾਲੀ ਦਾ ਬੜਾ ਵੱਡਾ ਡੰਪ ਹੈ, ਜੋ ਝੋਨੇ ਦੀ ਪਰਾਲੀ ਦੇ ਇਕੱਠਾ ਦਾ ਡੰਪ ਹੈ, ਉਹਦੇ ਵਿੱਚ ਜਿਹੜਾ ਇਹ ਆਪਣਾ ਇਹਦੇ ਲੁਕੇ ਹੋਣ ਦਾ ਜਿਹੜਾ ਉਹ ਉਹਨਾਂ ਨੂੰ ਸ਼ੱਕ ਹੈ। ਤਾਂ ਜਲਦ ਹੀ ਡਿਪਾਰਟਮੈਂਟ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਹਨੂੰ ਪਕੜ ਕੇ ਦੂਰ ਛੱਡਿਆ ਜਾਵੇਗਾ। ਸਾਡੀ ਇੱਥੇ ਏਰੀਏ ਦੇ ਵਿੱਚ ਸਰ ਕੋਟਲੀ ਅਬਲੂ ਪਿੰਡ ਦੇ ਨਜ਼ਦੀਕ ਮਤਲਬ ਥੋੜ੍ਹੀਆਂ ਪੈੜਾਂ ਦੇਖੀਆਂ ਗਈਆਂ ਅਤੇ ਸਾਡੇ ਵਣ ਵਿਭਾਗ ਦੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮਾਹਰ ਆ ਰਹੇ ਆ ਅਤੇ ਇਹ ਕਨਫਰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਵਾਕਈ ਉਹ ਚੀਜ਼ ਲੈਪਰਡ ਦੀ ਜਾਂ ਪੈੜ ਹੈਗੀ ਆ ਜਾਂ ਜੰਗਲੀ ਬਿੱਲੀ ਦੀ ਪੈੜ ਹੈ। ਅਤੇ ਇਸ ਤੋਂ ਅਸੀਂ ਲੋਕਾਂ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਪੈਨਿਕ ਨਾ ਹੋਵੋ ਅਤੇ ਇੱਕ ਇਕੱਲੇ ਰਾਤ ਨੂੰ ਜਾਣ ਤੋਂ ਗੁਰੇਜ਼ ਕਰਨਾ। ਕਿਸ ਤਰ੍ਹਾਂ ਦੇ ਕਰ ਰੱਖੇ ਪ੍ਰਬੰਧ ਕਿਸ ਤਰ੍ਹਾਂ ਦੇ ਜੀ ਆਪਣੇ ਕੋਈ? ਹਾਂਜੀ ਸਰ, ਅਸੀਂ ਕਹੀ ਆ ਵੀ ਉਹ ਚੀਜ਼ ਵੈਸੇ ਇਹ ਮੋਸਟਲੀ ਇਹ ਲੱਗ ਰਿਹਾ ਕਿ ਇਹ ਚੀਜ਼ ਅਫਵਾਹ ਹੈਗੀ ਹੈ, ਇੱਕ ਕਿਸੇ ਨੇ ਉਹ ਅੱਖੀਂ ਨਹੀਂ ਦੇਖਿਆ ਕਿ ਜਿਹੜੀਆਂ ਪੁਰਾਣੀਆਂ ਵੀਡੀਓ ਵਾਇਰਲ ਹੋ ਰਹੀਆਂ ਉਹ ਥੋੜ੍ਹੀਆਂ ਵੀ ਬਹੁਤ ਜ਼ਿਆਦਾ ਪੁਰਾਣੀਆਂ ਹੈਗੀਆਂ ਹੈਗੀਆਂ। ਅਤੇ ਇੱਕ ਇਹ ਹੈ ਕਿ ਅਸੀਂ ਲੋਕਾਂ ਨੂੰ ਜਿਵੇਂ ਮਤਲਬ ਮੇਨ ਇੱਥੇ ਡੈਂਸ ਫੋਰੈਸਟ ਹੈਗਾ ਉਹ ਸੀਵਰ ਡਰੇਨ ਹੈਗੀ ਹੈ ਜੀ ਮੇਰੇ ਕੋਲ, ਅਤੇ ਜੇ ਇੱਦਾਂ ਦੇ ਕੋਈ ਜੰਗਲੀ ਜੀਵ ਆਉਂਦਾ ਵੀ ਹੈ ਤਾਂ ਉਹ ਡਰੇਨ ਦੇ ਥਰੂ ਹੀ ਆਉਂਦਾ। ਅਤੇ ਲੋਕਾਂ ਨੂੰ ਜਿਵੇਂ ਡਰੇਨ ਦੇ ਨਾਲ ਲੱਗਦੇ ਜਿਹੜੇ ਪਿੰਡ ਹੈ ਜਿਵੇਂ ਕਿ ਧੂਰਕੋਟ ਕੋਠੇ, ਅਮਨਗੜ੍ਹ ਕੋਠੇ, ਕੋਟ ਸਿੰਘ ਵਾਲੇ ਭਲਾਈਆਂ ਨਾਲ ਅਬਲੂ ਕੋਟਲੀ, ਅਤੇ ਇੱਥੇ ਅਸੀਂ ਮਤਲਬ ਅਨਾਊਂਸਮੈਂਟਸ ਕਰਾਤੀਆਂ ਵੀ ਆਪਦੀ ਇੱਕ ਸੇਫਟੀ ਲਈ ਵੀ ਤੁਸੀਂ ਇਕੱਲੇ ਜਾਣ ਨੂੰ ਮਤਲਬ ਅਵੋਇਡ ਕਰੋ। ਇਹ ਬਠਿੰਡਾ ਐਂਡ ਮੁਕਤਸਰ ਦੋਨੇ ਜ਼ਿਲ੍ਹਿਆਂ ਵੱਲੋਂ ਕੀਤੇ ਜਾ ਰਹੇ ਵੇਅਰ ਜੀ ਲੱਭਣ ਦੀ? ਹਾਂਜੀ ਸਰ, ਅਸੀਂ ਮਤਲਬ ਬਠਿੰਡੇ ਜ਼ਿਲ੍ਹੇ ਦੇ ਮੁਲਾਜ਼ਮ ਵੀ ਕਿ ਅਸੀਂ ਵੀ ਅਤੇ ਮਤਲਬ ਜੰਗਲੀ ਜੀਵ ਸੁਰੱਖਿਆ ਵਿਭਾਗ ਜਿਹੜਾ ਸਾਡਾ ਹੈਗਾ ਉੱਥੋਂ ਦੇ ਮਾਹਰ ਪਹੁੰਚ ਰਹੇ ਅੱਜ। ਬਾਕੀ ਅਸੀਂ ਇਹ ਚੀਜ਼ ਕਨਫਰਮ ਕਰਦੇ ਹਾਂ ਕਿ ਬਾਕੀ ਪੈੜ ਜਿਹੜੀ ਹੈ ਤੇਂਦੂਆ ਦੀ ਹੈ, ਇਹ ਜੰਗਲੀ ਬਿੱਲੀ ਦੀ ਹੈ ਕਿ ਇੱਕ ਕਫਾਵਾ ਵੀ। ਕੋਈ ਜਾਨਵਰ ਵੀ ਕਹਿੰਦੇ ਕੁੱਤੇ ਵੀ ਉੱਥੇ ਮਰੇ ਪਏ ਕਾਫੀ? ਹਾਂਜੀ ਸਰ, ਉੱਥੇ ਕੋਟਲੀ ਪਿੰਡ ਦੇ ਨੇੜੇ ਇੱਕ ਡੰਪ ਬਣਿਆ ਹੋਇਆ ਪਰਾਲੀ ਦਾ, ਅਤੇ ਉੱਥੇ ਜਿਵੇਂ ਮਤਲਬ ਮਰੇ ਹੋਏ ਜਾਨਵਰ ਪਾਏ ਗਏ ਆ ਅਤੇ ਸ਼ੰਕਾ ਹੈ ਕਿ ਕੋਈ ਜੰਗਲੀ ਬਿੱਲੀ ਜਾਂ ਕੋਈ ਤੇਂਦੂਏ ਦੀ, ਉਹ ਹਜੇ ਚੀਜ਼ ਕਨਫਰਮ ਨਹੀਂ ਹੈਗੀ ਜੇ ਕਿ ਮਤਲਬ ਅਫਵਾਹ ਹੈ ਜਾਂ ਸ਼ੱਕ ਹੀ ਹੈਗਾ ਇਹ, ਅਤੇ ਇਹਨੂੰ ਦੂਰ ਕਰਦੇ ਹੀ ਅੱਜ ਸਾਡੇ ਅਫਸਰ ਸਾਹਿਬਾਨ ਵੀ ਪਹੁੰਚ ਰਹੇ ਆ।